ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੇ ਖੁਰਦ ਬੁਰਦ ਹੋਣ ਦੇ ਮਾਮਲੇ ਵਿੱਚ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 2 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਹ ਕਮੇਟੀ ਆਪਣੀ ਰਿਪੋਰਟ ਆਉਂਦੇ 1 ਮਹੀਨੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗੀ, ਜਿਸ ਤੋਂ ਬਾਅਦ 5 ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਇਸ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ ਅਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਪੂਰੇ ਮਾਮਲੇ 'ਤੇ ਬੋਲਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸਤਦਾਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਣ ਦੇ ਮਾਮਲੇ 'ਤੇ ਸਿਆਸਤ ਨਾ ਕਰਨ ਦੀ ਤਾਕੀਦ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਾਂਚ ਵਿੱਚ ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖਸ਼ਿਆ ਜਾਵੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਾਮਲਾ 267 ਸਰੂਪਾਂ ਦਾ, ਉਹਦੇ ਸੰਬੰਧ ਵਿੱਚ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਹੋਏ ਐਗਜੈਕਟਾਂ ਵਿੱਚ ਪਾਸ ਕਰਕੇ ਮਤੇ ਦੇ ਆਧਾਰ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਪੱਖ ਜਾਂਚ ਲਈ 2 ਮੈਂਬਰੀ ਟੀਮ ਦਾ ਗਠਨ ਕੀਤਾ ਹੈ, ਜਿਹਦੇ ਵਿੱਚ ਬਹੁਤ ਹੀ ਰਿਸਪੈਕਟਡ ਹਾਈ ਕੋਰਟ ਦੇ ਜਸਟਿਸ ਨੇ ਅਤੇ ਉਹਨਾਂ ਦੇ ਸਹਿਯੋਗ 267 ਰੂਪਾਂ ਦੇ ਮਾਮਲੇ ਦੀ ਜਿਹੜੀ ਨਿਰਪੱਖ ਜਾਂਚ ਸਾਡੇ ਸਾਹਮਣੇ ਜਿਹੜਾ ਉਹ ਪਹੁੰਚੇਗੀ। ਉਸ ਤੋਂ ਬਾਅਦ ਰਿਪੋਰਟ ਜਦੋਂ ਆਏਗੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜਾ ਉਹ ਫੈਸਲਾ ਲਿਆ ਜਾਏਗਾ। ਜਿਹੜੇ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ। ਕਿੰਨੇ ਜੱਜ ਮੁਕੰਮਲ ਹੋਣੇ? 1 ਮਹੀਨੇ ਦਾ ਸਮਾਂ ਅਸੀਂ ਨੀਅਤ ਉਹਨਾਂ ਨੂੰ ਕਰਕੇ ਦਿੱਤਾ ਹੈ। 1 ਮਹੀਨੇ ਦੇ ਅੰਦਰ ਉਮੀਦ ਹੈ ਕਿ ਜਾਂਚ ਦੀ ਰਿਪੋਰਟ ਜਿਹੜੀ ਹੈ ਸਾਡੇ ਤੱਕ ਪਹੁੰਚ ਜਾਏਗੀ। ਅਤੇ ਨਾਲ ਹੀ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਇਸ ਮਾਮਲੇ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ, ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ, ਖਾਸ ਤੌਰ 'ਤੇ ਉਸ ਵਕਤ ਜਦੋਂ ਕਿ ਨਿਰਪੱਖ ਜਾਂਚ ਜਿਹੜੀ ਹੈ ਇਸ ਮਾਮਲੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਹੋਈ ਟੀਮ ਜਿਹੜੀ ਹੈ ਉਹ ਕਰ ਰਹੀ ਹੋਵੇ। ਮੈਂ ਇਹੋ ਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਇੰਤਜ਼ਾਰ ਕਰੋ, ਦੋਸ਼ੀ ਜਿਹੜੇ ਉਹ ਬਖਸ਼ੇ ਨਹੀਂ ਜਾਣਗੇ ਔਰ ਪੂਰਾ ਮਾਮਲਾ ਜਿਹੜਾ ਹੈ ਸਾਹਮਣੇ ਜਦੋਂ ਆਏਗਾ ਅਤੇ ਉਹਨੂੰ ਸਿੱਖ ਸੰਗਤ ਦੇ ਸਨਮੁੱਖ ਜ਼ਰੂਰ ਰੱਖੇਗਾ ਕਿ ਅਸਲ ਮਾਮਲਾ। ਉੱਧਰ ਦੂਜੇ ਪਾਸੇ ਇਸ ਪੂਰੇ ਮਾਮਲੇ 'ਤੇ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਹੁਣ ਮਾਮਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੱਥਾਂ ਵਿੱਚ ਚਲਾ ਗਿਆ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਕੇ ਰਹੇਗਾ। ਉਹਨਾਂ ਕਿਹਾ ਹੈ ਕਿ ਵਿਰੋਧੀਆਂ ਵੱਲੋਂ ਜੋ ਉਹਨਾਂ 'ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਉਸ ਦਾ ਜਵਾਬ ਵੀ ਹੁਣ ਜਾਂਚ ਕਮੇਟੀ ਹੀ ਉਹਨਾਂ ਨੂੰ ਦੇਵੇਗੀ। ਉੱਥੇ ਜੋ ਔਰ ਉਹਦੀ ਗਿਣਤੀ ਮਿਣਤੀ ਦਾ ਗੱਲ ਹੋਈ ਹੈ ਔਰ ਅਸੀਂ ਅੰਤਰ ਕਮੇਟੀ ਦੀ ਮੀਟਿੰਗ ਕਰਕੇ ਔਰ ਸਿੰਘ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਯਾਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਸੀ ਸਾਡੀ ਔਰ ਬੇਨਤੀ ਪ੍ਰਵਾਨ ਕਰਕੇ ਔਰ ਇੱਕ ਜਾਂਚ ਕਮੇਟੀ ਜਿਹੜੀ ਨਿਯੁਕਤ ਕੀਤੀ ਹੈ ਔਰ ਇੱਕ ਉਹਦੇ ਵਿੱਚ ਸਾਬਕਾ ਜੱਜ ਨਮਤਾ ਸਿੰਘ ਜੀ, ਬੀਬੀ ਜੀ, ਇੱਕ ਔਰ ਸਿੱਖ ਵਿਦਵਾਨ ਜੋ ਵਕੀਲ ਵੀ ਨੇ ਉਹਨਾਂ ਦੀ ਜਾਂਚ ਕਮੇਟੀ ਬਣਾਈ ਹੈ। ਉਹਨਾਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋ ਇਸ ਗੱਲ ਦਾ ਮੈਂ ਸਮਝਦਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਪੂਰੀ ਜਿਹੜੀ ਹੈ ਜਾਂਚ ਨਿਰਪੱਖ ਹੋਏਗੀ ਔਰ ਇਹ ਸਾਡਾ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਆਏਗਾ। ਜਿਹੜਾ ਵੀ ਕੋਈ ਦੋਸ਼ੀ ਪਾਇਆ ਗਿਆ ਔਰ ਉਹਨੂੰ ਬਖਸ਼ਿਆ ਨਹੀਂ ਜਾਏਗਾ। ਇੱਕ ਮੈਂ ਸਾਰੇ ਸਿਆਸੀ ਲੀਡਰਾਂ ਨੂੰ ਬੇਨਤੀ ਕਰਦਾ ਕਿ ਇਹਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਹੈ। ਇਹ ਬੜਾ ਧਾਰਮਿਕ ਮਾਮਲਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਨਾਲ ਮਾਮਲਾ ਹੈ, ਉਹਦੀ ਜਾਂਚ ਕੇ ਚੱਲ ਰਹੀ ਹੈ। ਇਹ ਆਪਣੇ ਸਿਆਸੀਆਂ ਰੋਟੀਆਂ ਨਹੀਂ ਛਿੱਕਣੀ ਚਾਹੀਦੀਆਂ, ਕੋਈ ਸਿਆਸਤ ਨਹੀਂ ਕਿਸੇ ਨੂੰ ਇਹਦੇ ਉੱਤੇ ਕਰਨੀ ਚਾਹੀਦੀ। ਸੋ ਜਾਂਚ ਜਿਹੜੀ ਹੈ ਪੂਰੀ ਨਿਰਪੱਖਤਾ ਨਾਲ ਹੋਣੀ ਹੈ ਔਰ ਸਾਰਿਆਂ ਨੂੰ ਜਾਂਚ ਹੋਣ ਤੱਕ ਸਾਰਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ। ਕਿਤੇ ਨਾ ਕਿਤੇ ਕੁਤਾਹੀ ਜ਼ਰੂਰ ਵਰਤੀ ਗਈ ਔਰ 1 ਮਹੀਨੇ ਦੇ ਅੰਦਰ ਅੰਦਰ ਉਹ ਸਾਰੀ ਤਸਵੀਰ ਸਾਫ਼ ਹੋਣ ਦੀ ਉਮੀਦ ਹੈ, ਸੰਗਤ ਦੇ ਸਾਹਮਣੇ ਸਹੀ ਤਸਵੀਰ ਜਿਹੜੀ ਆ ਜਾਏਗੀ। ਦੇਖੋ ਬਿਲਕੁਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਰਾ ਮਾਮਲਾ ਗਿਆ ਉਹ ਜਾਂਚ ਕਮੇਟੀ ਨੇ ਸਾਰਾ ਕਰਨਾ
ਸਾਨੂੰ ਪੂਰਨ ਆਸ ਹੈ ਕਿ ਜਲਦ ਤੋਂ ਜਲਦੀ ਜਿਹੜੀ ਹੈ ਅਸਲੀ ਤਸਵੀਰ ਜਿਹੜੀ ਹੈ ਪੂਰੀ ਨਿਰਪੱਖ ਜਾਂਚ ਕਰਕੇ ਉਸ ਲੋਕਾਂ ਸਾਹਮਣੇ ਆਵੇਗੀ। ਪ੍ਰਧਾਨ ਜੀ ਇਹ ਦੱਸੋ ਵੀ ਜਿਹੜਾ ਤੁਹਾਡੇ ਸਾਰੇ ਕੰਮਕਾਜ ਨੂੰ ਜਿਹੜਾ ਹੈਗਾ ਵਾ ਐਡਿਟ ਕਰਨ ਵਾਸਤੇ ਕੋਹਲੀ ਸਾਹਿਬ ਜਿਹੜੇ ਨਾਮਜ਼ਦ ਕੀਤੇ ਹੋਏ ਨੇ, 4 ਸਾਲ ਪਹਿਲਾਂ ਇਹ ਘਟਨਾ ਵਾਪਰੀ, ਉਹਦੇ ਆਡਿਟ ਦੇ ਵਿੱਚ ਕਿਤੇ ਵੀ ਨਹੀਂ ਸ਼ੋ ਹੋਇਆ ਵੀ ਇਸ ਰੂਪਾਂ ਦਾ ਘੱਟ ਹੈਗਾ। ਦੇਖੋ ਮੈਂ ਇਹਦੇ ਬਾਰੇ ਕੁਝ ਨਹੀਂ ਕਹਿੰਦਾ ਕਿਉਂਕਿ ਜਾਂਚ ਕਮੇਟੀ ਬਣ ਚੁੱਕੀ ਹੈ, ਇਹ ਸਾਰੀ ਜਾਂਚ ਉਸ ਕਮੇਟੀ ਦੀ ਕੋਲ ਹੈ ਔਰ ਉਹਦੇ ਸੰਬੰਧੀ ਕੋਈ ਕਹਿਣ ਦੀ ਗੱਲ ਨਹੀਂ ਬਣਦੀ। ਜਦੋਂ ਤੱਕ ਜਾਂਚ ਹੋ ਰਹੀ ਹੈ ਉਸ ਤੋਂ ਬਾਅਦ ਹੀ ਅਸਲੀ ਤਸਵੀਰ ਸਾਹਮਣੇ ਆਏਗੀ ਕੌਣ ਉਹਦੇ ਵਿੱਚ ਦੋਸ਼ੀ ਹੈ। ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮਾਮਲੇ ਦੀ ਜਾਂਚ ਸੇਵਾ ਮੁਕਤ ਜੱਜ ਨਵੀਤਾ ਸਿੰਘ ਅਤੇ ਐਡਵੋਕੇਟ ਈਸਰ ਸਿੰਘ ਨੂੰ ਸੌਂਪੀ ਗਈ ਹੈ। ਸੂਤਰਾਂ ਮੁਤਾਬਕ ਐਡਵੋਕੇਟ ਈਸਰ ਸਿੰਘ ਨੇ ਆਪਣੀ ਟੀਮ ਸਣੇ ਜਾਂਚ ਆਰੰਭ ਵੀ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਹ ਆਉਂਦੇ 1 ਮਹੀਨੇ ਵਿੱਚ ਸਾਫ਼ ਹੋ ਜਾਵੇਗਾ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।